थोड़े दिन पहला आप एक कतल किया सिद्धू मूसेवाले नाल। मैं लॉन्स जो लॉन्स बिश्नोई ही है वो गैंग का बंदा बोलता पाया हाँ भी मेरा फोन ना कट्टी, जे फोन कट्टिया तो फिर तू अपना आप देख ली, असी थोड़े घरदियां नूं विधवा बना देंगे। वो गल इस तरह ही करता पाया ही, मेरी कॉल नहीं कट्टनी, मेरी पहलों गल ध्यान ना सुन ला, तेरे वास्ते मैगी नूं भरदे पए आ। दूजा मामला अमृतसर तो सामने आया जिथे एक रिटायर्ड फौजी नूं गैंगस्टरां दा हवाला दे के ऑडियो कॉल दे जरिए धमकियां मिलियां ने। इस बारे पुलिस दा की कहना है ते रिटायर्ड फौजी ने इस बारे की जानकारी सांझी की है, आओ सुनदे हां। होया कि वीर जी, मैं ना सवेरे ना अपने ऑफिस वास्ते रेडी हो रहा हां, ते जिस वेले मैं ऑफिस वा कॉल आंदा ते कॉल ते पहले भी आंदे लेकिन वर्क दे रिलेटेड कॉल आंदे भी ਤੁਹਾਡਾ ਇਹ ਸ਼ੋਪ ਹੈਗੀ ਆ ਕਿੱਥੇ ਆ ਅਤੇ ਮੈਂ ਫਲਾਨੀ ਜਗ੍ਹਾ ਤੋਂ ਬੋਲਦਾ ਅਤੇ ਮੈਂ ਐਕਚੁਲੀ ਮੇਰਾ ਪਿੰਡ ਆ ਫਲਾਨਾ ਅਤੇ ਮੇਰੇ ਘਰਦੇ ਆਉਣਗੇ ਜਾਂ ਮੇਰੇ ਮਿਸਿਜ ਆਉਣਗੇ ਜਾਂ ਮੇਰੇ ਮੰਮੀ ਪਾਪਾ ਆਉਣਗੇ ਸਮਾਨ ਲੈਣ ਅਤੇ ਸ਼ਾਇਦ ਆਈ ਥਿੰਕ ਮੈਂ ਵੀ ਇਹ ਚੀਜ਼ ਸੋਚੀ ਕਿ ਸ਼ਾਇਦ ਅੱਜ ਵੀ ਸ਼ਾਇਦ ਉਹੀ ਕੌਲ ਆ ਬਾਹਰ ਦਾ ਕਿ ਬਹੁਤ ਖਤਰਨਾਕ ਕੌਲ ਸੀ ਮੇਰੇ ਵਾਸਤੇ ਅਤੇ ਉਹਦੀ ਕੌਲ ਦੀ ਜਿਹੜੀ ਡੀ ਪੀ ਲੱਗੀ ਸੀ ਉਹ ਇੱਕ ਟੈਰੋਰਿਸਟ ਮਿਲੀਟੈਂਟ ਦੀ ਡੀ ਪੀ ਲੱਗੀ ਸੀ 47 ਅਤੇ ਨਕਾਬਪੋਸ਼ ਮੂੰਹ ਉਹਨਾਂ ਨੇ ਪੂਰਾ ਢੱਕਿਆ ਹੋਇਆ ਕਵਰ ਹੋ ਸਕਦਾ ਕਈਆਂ ਨੂੰ ਵੈਸੇ ਵੀ ਇਸ ਚੀਜ਼ ਦਾ ਥੋੜ੍ਹਾ ਹੁੰਦਾ ਅਤੇ ਉਹ ਡੀ ਪੀ ਤੋਂ ਜਦੋਂ ਮੈਂ ਦੇਖਿਆ ਤਾਂ ਪਹਿਲੇ ਤਾਂ ਮੈਂ ਵੈਸੇ ਜਦੋਂ ਕੌਲ ਵੀ ਚੱਕਿਆ ਤਾਂ ਕੌਲ ਤਾਂ ਮੈਨੂੰ ਉਹਨਾਂ ਦੀ ਆਵਾਜ਼ 'ਚ ਥੋੜ੍ਹਾ ਨਾ ਇੱਕ ਸਟਰੋਂਗ ਦੀ ਤੌਰ 'ਤੇ ਆਵਾਜ਼ ਜਿਵੇਂ ਕੋਈ ਗੁੰਡਾ ਹਾਂਜੀ ਕਿੱਦਾਂ ਚੱਲ ਰਿਹਾ ਤੁਹਾਡਾ ਬਿਜ਼ਨਸ, ਮੈਂ ਠੀਕ ਹੈ ਜੀ ਕੌਣ ਬੋਲਦੇ ਹੋ ਨਾ, ਤਾਂ ਉਹਨਾਂ ਨੇ ਮੈਨੂੰ ਆਪਣਾ ਦੱਸਿਆ ਨਹੀਂ ਲੇਕਿਨ ਉਹਨਾਂ ਨੇ ਮੈਨੂੰ ਇੱਕ ਧਮਕੀ ਲਾ ਦਿੱਤੀ ਵੀ ਜੇ ਪਹਿਲੋਂ ਸਟਾਰਟਿੰਗ 'ਚ ਉਹਨਾਂ ਕਹਿਣਾ ਸ਼ੁਰੂ ਕਰਤਾ ਅਤੇ ਪਹਿਲੋਂ ਮੇਰੀ ਪੂਰੀ ਗੱਲਬਾਤ ਸੁਣਨੀ ਅਤੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਮੈਨੂੰ ਮਤਲਬ ਕਿ ਦੋ ਚਾਰ ਜਿਹੜੇ ਆ ਗੱਲਾਂ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦੀਆਂ ਕੀਤੀਆਂ ਅਤੇ ਮੈਨੂੰ ਵੀ ਮਨ ਤੈਨੂੰ ਆਪਣੀ ਜਾਨ ਪਿਆਰੀ ਹੈਗੀ ਤਾਂ ਬੰਦੇ ਦਾ ਪੁੱਤ ਬਣ ਕੇ ਵਾਪਸ ਫੋਨ ਕਰ ਲੈ, ਠੀਕ ਹੈ ਨਾ, ਆਪਣੀ ਬੇਗਮ ਨੂੰ ਵਿਧਵਾ ਕਰ, ਠੀਕ ਹੈਗਾ, ਨਹੀਂ ਤਾਂ ਤੂੰ ਸਾਡੇ ਹੱਥਾਂ ਤੋਂ ਮਰ ਜਾਏਗਾ, ਇਹ ਤੈਨੂੰ ਪਹਿਲੇ ਦੱਸਦਾ ਪਿਆ ਹੈਗਾ। ਤੈਨੂੰ ਅਗਰ ਆਪਣੀ ਜਾਨ ਪਿਆਰੀ ਹੈਗੀ ਤਾਂ ਬੰਦੇ ਦਾ ਪੁੱਤ ਬਣ ਕੇ ਵਾਪਸ ਫੋਨ ਕਰ ਲੈ, ਬਹੁਤ ਤੇਰੇ ਵਾਸਤੇ ਚੰਗਾ ਰਹੇਗਾ। ਨਹੀਂ ਤਾਂ ਜਿਹੜੀ ਦੁਕਾਨ ਦੇ ਉੱਤੇ ਜਾ ਕੇ ਬਹਿੰਦਾ ਜੋ ਕੰਮ ਕਰਦਾ ਹੈ ਸਾਰਾ ਪਤਾ ਤੇਰੇ ਮਗਰ ਬੰਦੇ ਛੱਡੇ ਹੋਏ ਨੇ, ਬਸ ਫੋਨ ਕਰਨਾ ਉਹਨਾਂ ਨੂੰ ਬਸ ਹੀ ਪੈਸੇ ਤੋਂ, ਬਾਕੀ ਤੇਰਾ ਕੰਮ ਹੋ ਜਾਏਗਾ। ਅਗਲੀ ਗੱਲ ਤੂੰ ਸਮਝਦਾ ਹੈਗਾ, ਤੈਨੂੰ ਜਾਨ ਪਿਆਰੀ ਹੈਗੀ ਤਾਂ ਵਾਪਸ ਫੋਨ ਕਰ ਲੈ, ਤੇਰੇ ਸਿਹਤ ਵਾਸਤੇ ਬਹੁਤ ਚੰਗਾ ਰਹੇਗਾ। ਵੇਖ ਲੈ ਪੂਰੀ ਮੈਗਜ਼ੀਨ ਤਿਆਰ ਕੀਤੀ ਜਾ ਰਹੀ ਹੈ ਤੇਰੇ ਵਾਸਤੇ, ਠੀਕ ਹੈ, ਅਗਰ ਜਾਨ ਪਿਆਰੀ ਹੈਗੀ ਤਾਂ ਵਾਪਸ ਫੋਨ ਕਰ ਲੈ, ਨਹੀਂ ਤਾਂ ਜਿਹੜੀ ਮੈਗਜ਼ੀਨ ਤਿਆਰ ਹੋ ਰਹੀ ਹੈ ਨਾ ਤੇਰੇ ਦਿਮਾਗ 'ਚ ਆ ਕੇ ਖਾਲੀ ਕਰਾਂਗੇ, ਇਹ ਚੈੱਕ ਕਰ ਲੈ, ਵਾਪਸ ਫੋਨ ਕਰ ਲੈ ਬੰਦੇ ਦਾ ਪੁੱਤ ਬਣ ਕੇ। ਹਾਂਜੀ, ਨਾਮ ਮੇਰਾ ਜਰਨੈਲ ਸਿੰਘ ਆ, ਜਰਨੈਲ ਜੀ ਪੀ ਸੀ ਆਰ 'ਤੇ ਐਕਸਰੇ 60 ਨੰਬਰ 'ਤੇ ਇੱਥੇ ਆਏ ਆ ਨਾ, ਦੱਸਿਆ ਭਾਈ ਨਾਲ ਅਫਸਰ ਹੁਕਮ ਨਾਲ ਆਏ ਹਾਂ ਕਿ ਇਹਨਾਂ ਧਮਕੀ ਧੁਮਕੀ ਮਿਲ ਰਹੀ ਆ ਬਿਸ਼ਨੋਈ ਗੈਂਗ ਦੇ ਬੰਦੇ ਕੋਈ ਜੀ, ਕਿਹੜੀ ਜਗ੍ਹਾ 'ਤੇ ਆਏ ਜੀ? ਫੌਜੀ ਇਹ ਆਪਣਾ ਫੌਜੀ ਮੋਦੀ ਖਾਨਾ। ਇਹਨਾਂ ਨੇ ਆਡੀਓ ਵੀਡੀਓ ਕੋਈ ਦਿਖਾਈਆਂ ਤੁਹਾਨੂੰ? ਹਾਂਜੀ ਦਿਖਾਈਆਂ। ਕੀ ਉਹਦੇ ਵਿੱਚ ਦੱਸਿਆ ਉਹਨੇ? ਉਹਦੇ ਵਿੱਚ ਇਹੋ ਧਮਕੀਆਂ ਦਿੰਦਾ ਰਿਹਾ ਉਹ, ਤੇ ਕੋਈ ਪਿਸਤੌਲ ਰਿਵੋਲਵਰ ਦਿਖਾਇਆ ਉਹਨੇ? ਵਿਖਾਇਆ ਨਹੀਂ, ਹਾਂ ਉਹਦੇ ਮੈਗਜ਼ੀਨ ਭਰਨ ਦਿਆ ਵਾ। ਪਰਦਾ ਹੈ ਕੀ ਕਹਿੰਦਾ ਪਿਆ? ਕੀ ਇਹੋ ਆਂਦਾ ਕਿ ਮੈਂ ਤੇ ਆਪਣਾ ਤੇਰੇ ਵੀ ਦੁਕਾਨ ਤੇ ਬੰਦੇ ਖੜੇ ਫਿਰੇ ਆ, ਹਾਂ ਗੋਲੀ ਮਾਰਦਾ। ਹਾਂ ਹਾਂ, ਤਾਂ ਹੁਣ ਕੀ ਕਾਰਵਾਈ ਕੀਤੀ ਗਈ? ਹੁਣ ਕੀ ਕਾਰਵਾਈ ਕਰੋਗੇ? ਹੁਣ ਗਾਂ ਅਫਸਰ ਨੇ ਨੌਲੇਜ ਲਿਆਵਾਂ ਗੱਲ। ਅੱਛਾ, ਇੱਥੇ ਨਜ਼ਰ ਰੱਖੋਗੇ ਥੋੜ੍ਹੀ ਨਹੀਂ ਵੀ ਕੋਈ ਦਿੱਕਤ? ਬਿਲਕੁਲ 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 ਜਾਂਚ ਕੀਤੀ ਜਾਵੇਗੀ। ਹਾਂਜੀ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ, ਜਿੱਥੇ ਨਾਮੀ ਸ਼ਖਸੀਅਤਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉੱਥੇ ਹੀ ਆਮ ਜਨਤਾ ਦੀ ਸਿਕਿਉਰਿਟੀ ਵੀ ਖਤਰੇ 'ਚ ਹੈ। ਸੋ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕਿਹੜੇ ਪੁਖਤਾ ਪ੍ਰਬੰਧ ਕਰਕੇ ਇਹਨਾਂ ਸਾਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਕਾਮਯਾਬ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ